ਹਾਂ ਸ਼ੁਕਰ, ਤੁਸੀਂ ਸੁਣਾਓ ਕੀ ਹਾਲ ਚਾਲ ਹੈ? ਅਲਹਮਦੁਲਿਲਾ ਜੀ, ਠੀਕ ਠਾਕ ਆ ਜੀ, ਅਲਹਮਦੁਲਿਲਾ ਜੀ। ਅੱਜ ਫਾਦਰ ਡੇ ਹੈ। ਹਾਂ ਜੀ, ਇਸਕੇ ਮੌਕੇ ਪੇ ਹਮ ਆਜ ਫੋਨ ਕੀਤੇ ਹੈ। ਜੀ ਹਾਂ ਜਨਾਬ, ਬਿਲਕੁਲ ਜੀ, ਮੇਰੀ ਆਦਤ ਹੈ ਅਲਹਮਦੁਲਿਲਾ। ਵੈਸੇ ਹੀ ਮੈਂ ਹਰ ਰੋਜ਼ ਸਵੇਰ ਆਪਣੇ ਵਾਲਦ ਸਾਹਿਬ ਕੋ ਕਾਲ ਕਰਦਾ ਹਾਂ। ਬਹੁਤ ਅੱਛੀ ਗੱਲ ਹੈ, ਕਾਮਯਾਬ ਰਹੇਗਾ ਜ਼ਿੰਦਗੀ ਚ ਆਖਰ ਚ ਇਨਸ਼ਾਅੱਲਾ ਜੀ। ਜਿਹੜਾ ਮਾਂ ਬਾਪ ਦਾ ਫਰਮਾ ਬਰਦਾਰ ਹੈ ਉਹ ਕਾਮਯਾਬੀ ਕਾਮਯਾਬ ਹੈ, ਇਹਦੇ ਵਾਸਤੇ ਕੋਈ ਮਸਲੇ ਮਸਾਇਲ ਨਹੀਂ। ਹਰ ਰੋਜ਼ ਸਵੇਰ ਸਵੇਰ ਮਾਂ ਬਾਪ ਤੋਂ ਹਰ ਟਾਈਮ, ਹਰ ਸੈਕਿੰਡ, ਹਰ ਮਿੰਟ ਦੁਆਵਾਂ ਹੀ ਨਿਕਲਦੀਆਂ ਉਹਨਾਂ ਤੋਂ ਨਾ, ਹਰ ਟਾਈਮ ਆਪਣੇ ਔਲਾਦ ਵਾਸਤੇ, ਸਾਰੇ ਵਾਸਤੇ। ਲੇਕਿਨ ਔਲਾਦ ਤਾਂ ਖਾਸ ਤੌਰ 'ਤੇ, ਉਹਨਾਂ ਨੂੰ ਕਹਿਣ ਦੀ ਲੋੜ ਨਹੀਂ ਹੁੰਦੀ। ਹਮਾਰਾ ਤਾਂ ਰੋਜ਼ ਹੀ ਫਾਦਰ ਡੇ ਹੈ ਬਈ। ਰੋਸ਼ਨ ਮਾਲ ਹੈ ਬਾਈ, ਕਿਆ ਹੋ ਗਿਆ? ਰੋਸ਼ਨ ਮਾਲ ਹੈ।
भाई साहब वो सामने ये है साइकिल रेंट के लिए ना, ये देखे रेंट के लिए भी है, रेंट के लिए। मगरिब का टाइम हो गया जनाब, नमाज पढ़नी है हमें कहीं पर। आज की हमारी डेस्टिनेशन है जी ये वाबश, वाबश रेस्टोरेंट है जी जिद्दा में। क्या हाल चाल है जी? ठीक है जी। कैसा खाना है इधर का वाबश का खाना कैसा है जी? जी हाँ भाई, जो भी करना है जल्दी करने, नमाज का टाइम हो रहा है। छोड़ है कि और खाने, छोड़ो नमाज तो बाद खाने जा रहा नहीं तो छोड़ो चलिए ऐसे ये आ गया जी अल-फ़तार। यहाँ पे आप देखें कौन सा खाना हम यहाँ पे खाएंगे इंशाल्लाह, शवारमा और पिज़्ज़ा वगैरह खाते हैं देखते हैं। अस्सलामु अलैकुम।
ਪੀਜ਼ਾ ਵੀ ਆ ਗਿਆ। ਪੀਜ਼ਾ ਪਸੰਦ ਕਰਦੇ ਹੋ ਆਪ? ਹਫੀਜ਼ ਨਹੀਂ ਕਰਦਾ, ਹਫੀਜ਼ ਵੀ ਕਰਦਾ ਪੀਜ਼ਾ। ਮਾਰਕੀਟਿੰਗ ਦਾ ਬੰਦਾ ਹੈ ਨਾ। ਸੁਣ ਰਿਹਾ ਕਹਿ ਰਿਹਾ ਮੈਂ ਗਰਮ ਤੋਂ ਹੋਤਾ, ਗਰਮ ਕਦੋਂ ਮਜ਼ਾ ਆਤਾ। ਆਪਣੀ ਆਖੋ ਕੇ ਸਾਹਮਣੇ ਮਟਰ ਦਾ ਸਾਗ ਔਰ ਫਰੈਸ਼ ਪੀਜ਼ਾ ਵਗੈਰਾ ਸਾਰਾ ਕੁਝ ਇਧਰ ਹੁੰਦਾ ਹੈ। ਇਹ ਸਾਰਾ ਇੰਤਜ਼ਾਮ ਹੈ ਦੇਖਿਆ ਆਪਕੇ ਸਾਹਮਣੇ, ਇਹ ਸਭ ਤਿਆਰ ਕਰ ਰਹੇ ਹੈਂ। ਬਹੁਤ ਸ਼ੁਕਰੀਆ ਭਾਈ ਸਾਹਿਬ, ਬਹੁਤ ਸ਼ੁਕਰੀਆ। ਠੀਕ ਹੈ ਜੀ, ਆਪ ਇਨਸ਼ਾਅੱਲਾ ਹਮ ਬਾਹਰ ਨਿਕਲ ਰਹੇ ਹਾਂ ਜੀ। ਜੀ ਹਾਂ ਜੀ, ਅਲਹਮਦੁਲਿਲਾ ਸ਼ਾਰਮਾ ਖਾਇਆ ਅੱਜ ਮਾਸ਼ਾਅੱਲਾ।